ਕਾਰਜੋਗ ਪੰਜਾਬੀਓ ਵਿਸਾਖੀ ਦੇ ਸ਼ੁਭ ਮੌਕੇ ਉੱਤੇ ਤੁਹਾਡੇ ਲਈ ਰੰਗਾਰੰਗ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਂ ਹੈ ਰਹਿਣ ਖੜਕਦੇ ਢੋਲ। ਮੈਂ ਤੁਹਾਡਾ ਆਪਣਾ ਕੰਵਲਜੀਤ ਮਾਨਾਵਾਲਾ ਤੇ ਮੇਰੇ ਨਾਲ ਨੇ ਬਲਜਿੰਦਰ ਗਰਚਾ। ਪਿਆਰੇ ਦੋਸਤੋ, ਅਸਾਂ ਇਹ ਕੁਰਬਾਨੀਆਂ ਸਸਤੇ ਭਾਰੇ ਵਿੱਚ ਨਹੀਂ ਲਈਆਂ। ਗੱਲ 13 ਅਪ੍ਰੈਲ 1919 ਦੀ ਹੈ ਜਿੱਥੇ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ ਜਨਰਲ ਅਡਵਾਇਰ ਨੇ ਅੰਨੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਤੇ ਅਸੀਂ ਵੀ ਉੱਥੇ ਘੱਟ ਨਹੀਂ ਕੀਤੀ, ਜਾ ਕੇ ਲੰਡਨ ਸ਼ਹਿਰ ਦੇ ਵਿੱਚ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸਾਡੇ ਇੱਕ ਸ਼ੇਰ ਊਧਮ ਸਿੰਘ ਨੇ ਕਹਿੰਦੇ ਨੇ, ਕੌਮਾਂ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਕੌਮਾਂ ਦਾ ਹਮੇਸ਼ਾ ਖਾਤਮਾ ਹੋ ਜਾਂਦਾ ਹੈ। ਤਾਂ ਹੀ ਤਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਉਹਨਾਂ ਸ਼ਹੀਦਾਂ ਦੇ ਨਾਂ ਤੇ ਕਰ ਰਹੇ ਹਾਂ, ਸ਼ਹੀਦ ਊਧਮ ਸਿੰਘ ਦੇ ਨਾਂ ਤੇ। ਸਾਡਾ ਨੌਜਵਾਨ ਗਾਇਕ ਦਲਵਿੰਦਰ ਦਿਆਲਪੁਰੀ ਉਹ ਸ਼ਹੀਦ ਨੂੰ ਸਮਰਪਿਤ ਲੈਣਾ ਕੁਝ ਇਸ ਤਰ੍ਹਾਂ ਕਹਿ ਰਿਹਾ ਹੈ। ਹਕੂਮਤ ਦੇ ਨਸ਼ੇ ਵਿੱਚ ਚੂਰ ਅੰਗਰੇਜ਼ ਹਾਕਮਾਂ ਨੇ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਬੇਦੋਸ਼ ਤੇ ਨਿਹੱਥੇ ਹਿੰਦੁਸਤਾਨੀਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਹਿੰਦੁਸਤਾਨ ਦੀ ਅਣਖ ਤੇ ਗੈਰਤ ਨੂੰ ਵੰਗਾਰਿਆ। ਭਾਰਤ ਮਾਤਾ ਦੇ ਸੂਰਬੀਰ ਯੋਧੇ ਸਰਦਾਰੇ ਆਜ਼ਮ ਸਰਦਾਰ ਊਧਮ ਸਿੰਘ ਨੇ 13 ਮਾਰਚ 1940 ਨੂੰ ਇੰਗਲੈਂਡ ਦੇ ਕਸਟਨ ਹਾਲ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਮਾਈਕਲ ਐਡਵਾਰ ਤੋਂ ਜਿਵੇਂ ਲਿਆ, ਉਸ ਵੇਲੇ ਦਾ ਸੀ ਦਲਵਿੰਦਰ ਦਿਆਲਪੁਰੀ ਉਹ ਦੱਸ ਰਿਹਾ ਭਾਈ। ਬਦਲਾ।